ਸੰਸਕਾਰ ਦੂਰਦਰਸ਼ਨ ਖਬਰਾਂ 'ਚ ਆਪ ਸਭ ਦਾ ਸਵਾਗਤ ਮੈਂ ਜਤਿੰਦਰ ਸਿੰਘ ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰੈਂਸਿੰਗ ਰਾਹੀਂ ਵਿਸ਼ੇਸ਼ ਡਿਜੀਟਲ ਅਦਾਇਗੀ ਈ ਰੁਪਈ ਦੀ ਸ਼ੁਰੂਆਤ ਕੀਤੀ ਈ ਰੁਪਈ ਵਾਊਚਰ ਦੇਸ਼ ਵਿੱਚ ਡਿਜੀਟਲ ਲੈਣ ਦੇਣ ਸਮੇਤ ਡੀਬੀਟੀ ਨੂੰ ਹੋਰ ਅਸਰਦਾਰ ਢੰਗ ਨਾਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ ਸੰਸਦ ਵਿੱਚ ਪੈਗਾਸਸ ਜਾਸੂਸੀ ਨਵੇਂ ਖੇਤੀ ਕਾਨੂੰਨਾਂ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਦੇ ਰੌਲੇ ਰੱਪੇ ਕਾਰਨ ਪਏ ਵਿਗਨ ਮਗਰੋਂ ਦੋਵੇਂ ਸਦਨਾਂ ਦੀ ਕਾਰਵਾਈ ਦਿਨ ਪਰ ਲਈ ਮੁਲਤਵੀ ਰੌਲੇ ਰੱਪੇ ਦੌਰਾਨ ਲੋਕ ਸਭਾ ਵਿੱਚ ਟ੍ਰਿਬਿਊਨਲ ਸੁਧਾਰ ਬਿਲ 2021 ਪੇਸ਼ ਕੀਤਾ ਗਿਆ ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 40134 ਨਵੇਂ ਕਰੋਨਾ ਮਾਮਲੇ ਦਰਜ ਇਸੇ ਸਮੇਂ ਦੌਰਾਨ 36946 ਕਰੋਨਾ ਮਰੀਜ਼ਾਂ ਸੇਤਿਆਬ ਹੋਏ ਕਰੋਨਾ ਤੋਂ ਠੀਕ ਹੋਣ ਦੀ ਦਰ 97.35% ਤੇ ਪਹੁੰਚੀ ਦੇਸ਼ ਵਿਆਪੀ ਕੋਵਿਡ ਟਿਕਾ ਕਰਣ ਮੁਹਿੰਮ ਤਹਿਤ ਹੁਣ ਤੱਕ 47 ਕਰੋੜ 42 ਲੱਖ ਲੋਕਾਂ ਨੂੰ ਟੀਕੇ ਲਗਾਏ ਗਏ ਪੰਜਾਬ ਵਿੱਚ ਅੱਜ ਲੰਬੇ ਸਮੇਂ ਤੋਂ ਬਾਅਦ ਸਾਰੀਆਂ ਜਮਾਤਾਂ ਲਈ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਮੁੜ ਖੋਲੇ ਗਏ। ਟੋਕੀਓ 올림픽ਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚਦਿਆਂ ਆਸਟ੍ਰੇਲੀਆ ਨੂੰ 1-0 ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਇਕਮਾਤਰ ਗੋਲ ਨਾਲ ਭਾਰਤ ਨੂੰ ਜਿੱਤ ਦਿਵਾਉਣ ਵਾਲੀ ਅਜਨਾਲਾ ਦੇ ਪਿੰਡ ਮਿਆਦਿਆਂ ਦੀ ਵਸਨੀਕ ਗੁਰਜੀਤ ਕੌਰ ਦੇ ਘਰ ਜਸ਼ਨ ਦਾ ਮਾਹੌਲ ਤੇ ਹੁਣ ਖਬਰਾਂ ਵਿਸਥਾਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਵੀਡੀਓ ਕਾਨਫਰencing ਰਾਹੀਂ ਵਿਸ਼ੇਸ਼ ਡਿਜੀਟਲ ਅਦਾਇਗੀ ਈ ਰੂਪੀ ਦੀ ਸ਼ੁਰੂਆਤ ਕੀਤੀ ਈ ਰੂਪੀ ਇੱਕ ਕੈਸ਼ਲੈਸ ਅਤੇ ਬਿਨਾ ਸੰਪਰਕ ਦੇ ਡਿਜੀਟਲ ਭੁਗਤਾਨ ਦਾ ਇੱਕ ਤਰੀਕਾ ਹੈ ਇੱਕ QR ਕੋਡ ਅਤੇ SMS ਅਧਾਰਤ ਈ-ਵਾउचर ਸੇਵਾਏ ਜਿਹੜੀ ਲਾਭਪਾਤਰੀਆਂ ਨੂੰ ਮੋਬਾਈਲ ਰਾਹੀਂ ਉਪਲਬਧ ਕਰਵਾਈ ਜਾ ਸਕਦੀ ਹੈ। ਈ-ਰੂਪੀ ਨੂੰ ਭਾਰਤੀ ਕੌਮੀ ਭੁਗਤਾਨ ਨਿਗਮ ਨੇ UPI ਪਲੇਟਫਾਰਮ ਤੇ مالی ਸੇਵਾਮਾ ਵਿਭਾਗ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲਾ ਤੇ ਕੌਮੀ ਸਿਹਤ ਅਥਾਰਟੀ ਦੇ ਸਹਿਯੋਗ ਨਾਲ ਵਿਕਸਿਤ ਕੀਤਾ ਹੈ। ਇਸ ਸੇਵਾ ਦੀ ਸ਼ੁਰੂਆਤ ਕਰਦਿਆਂ ਪ੍ਰਧਾਨ ਮੰਤਰੀ ਨੇ ਕਿਹਾ ਕਿ ਅੱਜ ਦੇਸ਼ ਡਿਜੀਟਲ ਗਵਰਨੈਂਸ ਨੂੰ ਨਵਾਂ ਆयाम ਦੇ ਰਿਹਾ ਹੈ। ਇਹ ਰੂਪੀ ਵਾਊਚਰ ਦੇਸ਼ ਵਿੱਚ ਡਿਜੀਟਲ ਲੈਣ ਦੇਣ ਸਮੇਤ ਡੀਬੀਟੀ ਨੂੰ ਹੋਰ ਅਸਰਦਾਰ ਢੰਗ ਨਾਲ ਮੁਹੱਈਆ ਕਰਵਾਉਣ ਵਿੱਚ ਅਹਿਮ ਭੂਮਿਕਾ ਨਿਭਾਏਗਾ। ਉਨ੍ਹਾਂ ਕਿਹਾ ਕਿ ਇਸ ਸੇਵਾ ਨਾਲ ਭ੍ਰਿਸ਼ਟਾਚਾਰ ਮੁਕਤ ਸਪਲਾਈ ਯਕੀਨੀ ਬਣਾਈ ਜਾ ਸਕੇਗੀ। ਇਸ ਨਾਲ ਪਾਰਦਰਸ਼ਤਾ ਹੋਰ ਵਧੇਗੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਸਰਕਾਰ ਹੀ ਨਹੀਂ ਜੇ ਕੋਈ ਆਮ ਸੰਸਥਾ ਜਾਂ ਸੰਗਠਨ ਕਿਸੇ ਦੇ ਇਲਾਜ, ਪੜ੍ਹਾਈ ਜਾਂ ਕਿਸੇ ਹੋਰ ਕੰਮ ਲਈ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਨਕਦੀ ਦੀ ਥਾਂ ਤੇ ਇਹ ਰੂਪੀ ਰਾਹੀਂ ਅ지ਹਾ ਕਰ ਸਕੇਗਾ। ਇਸ ਨਾਲ ਇਹ ਯਕੀਨੀ ਹੋਵੇਗਾ ਕਿ ਉਸ ਵੱਲੋਂ ਦਿੱਤਾ ਗਿਆ ਪੈਸਾ ਉਸੇ ਕੰਮ ਵਿੱਚ ਲਗਾਏ ਜਿਸ ਦੇ ਲਈ ਉਸਨੇ ਰਕਮ ਦਿੱਤੀ ਸੀ ਪ੍ਰਧਾਨ ਮੰਤਰੀ ਨੇ ਕਿਹਾ ਕਿ ਈ ਰੂਪੀ ਲਾਪਾਤਰੀ ਦੇ ਨਾਲ ਨਾਲ ਇੱਕ ਮਕਸਦ ਆਧਾਰਿਤ ਸੇਵਾ ਵੀ ਹੈ ਜਿਸ ਸੋਚ ਨਾਲ ਕੋਈ ਮਦਦ ਜਾਂ ਫਾਇਦਾ ਦੇਣ ਦਾ ਯਤਨ ਕਰ ਰਿਹਾ ਹੈ ਉਸ ਦੀ ਸਹੀ ਵਰਤੋਂ ਨੂੰ ਈ ਰੂਪੀ ਹੀ ਯਕੀਨੀ ਬਣਾਏਗਾ ਟੈਕਨੋਲੋਜੀ ਕੋ ਲੋਕੋ ਕੇ ਜੀਵਨ ਮੇਂ ਜੋੜ ਸੇ ਜੋੜ ਆਧੇਸ਼ डिजिटल गवर्नेंस को एक नया आयाम दे रहा है ई रूपी वाउचर देश में डिजिटल ट्रांजेक्शन को डीबीटी को और प्रभावी बनाने में बहुत बड़ी भूमिका निभाने वाला है इससे टारगेटेड ट्रांसपेरेंट लीकेज फ्री डिलीवरी में सभी को बड़ी मदद मिलेगी 21वीं सदी का भारत आज कैसे आधुनिक टेक्नोलॉजी की मदद से आगे बढ़ रहा है टेक्नोलॉजी को लोगों के जीवन में जोड़ से जोड़ रहा है ई रूपी उसका भी एक प्रतीक है ਇਸ ਦੀ ਬਰਤੋਂ ਜੱਚਾ ਤੇ ਬੱਚਾ ਭਲਾਈ ਯੋਜਨਾਮਾ ਤਹਿਤ ਦਵਾਈਆਂ ਤੇ ਪੋਸ਼ਣ ਸੰਬੰਧੀ ਸਹਾਇਤਾ ਤਪਦੇਖ ਦੇ ਖਾਤੇ ਮੇ ਨਾਲ ਸੰਬੰਧਿਤ ਪ੍ਰੋਗਰਾਮਾ ਆਯੂਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨਰੋਗਿਆ ਵਰਗੀਆਂ ਸਕੀਮਾ ਤਹਿਤ ਦਵਾਈਆਂ ਤੇ ਜਾਂਚ ਲਈ ਕੀਤੀ ਜਾ ਸਕਦੀ ਏ ਇਸ ਤੋਂ ਇਲਾਵਾ ਇਹ ਡਿਜੀਟਲ ਅਦਾਇਗੀ ਖਾਦਾਂ ਲਈ ਸਬਸਿਡੀ ਦੇਣ ਦੀਆਂ ਯੋਜਨਾਮਾ ਤਹਿਤ ਸੇਵਾਵਾਂ ਦੇਣ ਲਈ ਵੀ ਵਰਤਿਆ ਜਾ ਸਕਦਾ ਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਭਲਕੇ ਵੀਡੀਓ ਕਾਨਫਰੰਸ ਰਾਹੀਂ ਗੁਜਰਾਤ ਦੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਯੋਜਨਾ ਦੇ ਲਾਪਾਤਰੀਆਂ ਨਾਲ ਗੱਲਬਾਤ ਕਰਨਗੇ ਸੂਬੇ ਵਿੱਚ ਇਸ ਸਕੀਮ ਬਾਰੇ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਨ ਲਈ ਜਨ ਪਾਗੀਦਾਰੀ ਪ੍ਰੋਗਰਾਮ ਚਲਾਇਆ ਜਾ ਰਿਹਾ ਹੈ। ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਖੁਰਾਕ ਸੁਰੱਖਿਆ ਭਲਾਈ ਸਕੀਮ ਹੈ ਜੋ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕੋਵਿਡ-19 ਦੇ ਆਰਥਿਕ ਪ੍ਰਭਾਵ ਨੂੰ ਘਟ ਕਰਨ ਲਈ ਲੋਕਾਂ ਦੀ ਮਦਦ ਵਾਸਤੇ ਸ਼ੁਰੂ ਕੀਤੀ ਗਈ ਸੀ। ਇਸ ਯੋਜਨਾ ਤਹਿਤ ਕੋਰੋਨਾ ਨਾਲ ਪ੍ਰਭਾਵਿਤ ਤਕਰੀਬ ਲੋਕਾਂ ਨੂੰ ਕੌਮੀ ਖੁਰਾਕ ਸੁਰੱਖਿਆ ਕਾਨੂੰਨ ਤਹਿਤ ਆਉਂਦੇ ਲਾਭਪਾਤਰੀਆਂ ਨੂੰ ਪ੍ਰਤੀ ਜੀ 5 ਕਿਲੋ ਵਾਧੂ ਅਨਾਜ ਦਿੱਤਾ ਜਾਂਦਾ ਹੈ। ਪਲਕੇ ਹੋਣ ਵਾਲੇ ਸਮਾਗਮ ਦੌਰਾਨ ਗੁਜਰਾਤ ਦੇ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਵੀ ਸ਼ਿਰਕਤ ਕਰਨਗੇ। ਕੇਂਦਰ ਸਰਕਾਰ ਵੱਲੋਂ ਚਲਾਈ ਗਈ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਦੀ ਵਿਸ਼ਵ ਭਰ ਵਿੱਚ ਸ਼ਲਾਘਾ ਹੋ ਰਹੀ ਹੈ। ਸੰਯੁਕਤ ਰਾਸ਼ਟਰ ਦੇ ਖੁਰਾਕ ਸੁਰੱਖਿਆ ਪ੍ਰੋਗਰਾਮ ਵਿੱਚ ਇਸ ਸਕੀਮ ਦੀ ਜ਼ੋਰਦਾਰ ਤਾਰੀਫ਼ ਹੋਈ। ਵਿਸ਼ਵ ਖੁਰਾਕ ਸੰਗਠਨ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਨੂੰ ਵਿਸ਼ਵ ਦੀ ਖੁਰਾਕ ਸੁਰੱਖਿਆ ਦੀਆਂ ਬਿਹਤਰੀਨ ਯੋਜਨਾਵਾਂ ਵਿੱਚੋਂ ਇੱਕ ਘਰਾਰ ਦਿੱਤਾ ਹੈ। ਇਸ ਸਕੀਮ ਰਾਹੀਂ ਦੇਸ਼ ਭਰ ਦੇ ਕੋਈ 80 ਕਰੋੜ ਗਰੀਬ ਲੋਕਾਂ ਨੂੰ ਕੋਰੋਨਾ ਕਾਲ ਵਿੱਚ ਮੁਫਤ ਅਨਾਜ ਉਪਲਬਧ ਕਰਾਉਣ ਨੂੰ ਯਕੀਨੀ ਬਣਾਇਆ ਗਿਆ। ਇਹ ਸਕੀਮ ਗਰੀਬਾਂ ਲਈ ਇੱਕ ਵਰਦਾਨ ਸਾਬਤ ਹੋਈ। ਕੋਰੋਨਾ ਕਾਰਨ ਲੱਗੇ ਲਾਕਡਾਊਨ ਮਗਰੋਂ ਲੋਕਾਂ ਵਾਸਤੇ ਆਪਣਾ ਗੁਜ਼ਾਰਾ ਕਰਨਾ ਮੁਸ਼ਕਲ ਹੋ ਗਿਆ ਸੀ ਅਤੇ ਪ੍ਰਧਾਨ ਮੰਤਰੀ ਨੇ ਤੁਰੰਤ ਹੀ ਇਸ ਸਕੀਮ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਸ਼ੁੱਧ ਅਨਾਜ ਮੁਹਈਆ ਕਰਵਾਇਆ ਗਿਆ। ਇਸ ਸਕੀਮ ਨੂੰ ਲਾਗੂ ਕਰਨ ਨਾਲ ਪ੍ਰਧਾਨ ਮੰਤਰੀ ਦਾ ਮਨੁੱਖੀ ਦ੍ਰਿਸ਼ਟੀਕੋਣ ਉਜਾਗਰ ਹੋਇਆ। ਵਰਲਡ ਫੂਡ ਪ੍ਰੋਗਰਾਮ ਇੰਡੀਆ ਦੇ ਕੰਟਰੀ ਡਾਇਰੈਕਟਰ ਬਿਸ਼ੋ ਪ੍ਰਜੁਲੀ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣਾ ਨਿਯੋਜਨਾ ਦੀ ਖੂਬ ਪ੍ਰਸ਼ੰਸਾ ਕੀਤੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਉਹ ਇਸ ਗੱਲ ਪ੍ਰਤੀ ਆਸਵੰਦਨੇ ਕਿ 130 ਕਰੋੜ ਭਾਰਤੀ ਅੰਮ੍ਰਿਤ ਮਹਾਉਤਸਵ ਸਮਾਗਮ ਨੂੰ ਨਵੇਂ ਸਿਖਰਾਂ ਤੱਕ ਪਹੁੰਚਾਉਣ ਲਈ ਮਿਹਨਤ ਕਰਨਾ ਜਾਰੀ ਰੱਖਣਗੇ। ਪ੍ਰਧਾਨ ਮੰਤਰੀ ਨੇ ਆਪਣੇ ਲੜੀਵਾਰ ਟਵੀਟ ਵਿੱਚ ਕਿਹਾ ਕਿ ਜਿਵੇਂ ਹੀ ਭਾਰਤ ਅੰਮ੍ਰਿਤ ਮਹਾਉਤਸਵ ਦੀ ਸ਼ੁਰੂਆਤ ਵਾਲੇ ਅਗਸਤ ਮਹੀਨੇ ਵਿੱਚ ਦਾਖਲ ਹੋਇਆ ਹੈ ਅਸੀਂ ਹਰ ਭਾਰਤੀ ਨੂੰ ਖੁਸ਼ੀ ਦੇਣ ਵਾਲੀਆਂ ਕਈ ਘਟਨਾਵਾਂ ਵੇਖੀਆਂ ਨੇ। ਉਨਾ ਕਹਿਾ ਕਿ ਭਾਰਤ ਵਿੱਚ ਰਿਕਾਰਡ ਟੀਕਾਕਰਨ ਹੋਇਆ ਹੈ ਅਤੇ ਜੀਐਸਟੀ ਵਿੱਚ ਵਾਧਾ ਸਾਡੀ ਆਰਥਿਕਤਾ ਵਿੱਚ ਮਜ਼ਬੂਤੀ ਦਾ ਸੰਕੇਤ ਹੈ। ਨਰਿੰਦਰ ਮੋਦੀ ਨੇ ਕਿਹਾ ਕਿ ਇਸ ਮਹੀਨੇ ਪੀਵੀ ਸਿੰਧੂ ਨੇ ਹੀ ਭਾਰਤ ਵਾਸਤੇ ਮੈਡਲ ਨਹੀਂ ਜਿੱਤਿਆ ਸਗੋਂ 올림픽ਸ ਵਿੱਚ ਭਾਰਤ ਦੀ ਪੁਰਸ਼ ਅਤੇ ਮਹਿਲਾ ਹਾਕੀ ਦੀਆਂ ਟੀਮਾਂ ਨੇ ਵੀ ਇਤਿਹਾਸਕ ਯਤਨ ਕੀਤੇ ਨੇ। ਪ੍ਰਧਾਨ ਮੰਤਰੀ ਨੇ ਕਿਹਾ ਕਿ ਉਹ ਪੂਰੀ ਤਰ੍ਹਾਂ ਆਸਵੰਦ ਨੇ ਕਿ 130 ਕਰੋੜ ਭਾਰਤ ਵਾਸੀ ਅੰਮ੍ਰਿਤ ਮਹਾਉਤਸਵ ਨੂੰ ਨਵੇਂ ਸਿਖਰਾਂ ਤੇ ਪਹੁੰਚਾਉਣ ਲਈ ਇਸੇ ਤਰ੍ਹਾਂ ਮਿਹਨਤ ਕਰਨਾ ਜਾਰੀ ਰੱਖਣਗੇ। ਸੰਸਦ ਵਿੱਚ ਪੈਗਾਸਸ ਜਾਸੂਸੀ ਨਵੇਂ ਖੇਤੀ ਕਾਨੂੰਨਾਂ ਤੇ ਹੋਰ ਵੱਖ-ਵੱਖ ਮੁੱਦਿਆਂ ਤੇ ਵਿਰੋਧੀ ਪਾਰਟੀਆਂ ਦਾ ਰੌਲਾ ਰੱਪਾ ਫੇਰ جاری ਰਿਹਾ ਜਿਸ ਕਾਰਨ ਦੋਵੇਂ ਸਦਨਾਂ ਦੀ ਕਾਰਵਾਈ ਫੇਰ ਪ੍ਰਭਾਵਿਤ ਹੋਈ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਦਨ ਵੱਲੋਂ ਬੈਡਮਿੰਟਨ ਸਿੰਗਲਜ਼ ਮੁਕਾਬਲੇ ਵਿੱਚ ਪੀ.ਵੀ. ਸਿੰਧੂ ਨੂੰ ਦੇਸ਼ ਲਈ ਕਾਂਸੀ ਦਾ ਤਮਗਾ ਜਿੱਤਣ ਤੇ ਵਧਾਈ ਦਿੱਤੀ ਗਈ। ਉਸ ਮਗਰੋਂ ਜਿਵੇਂ ਹੀ ਪ੍ਰਸ਼ਨਕਾਲ ਸ਼ੁਰੂ ਹੋਇਆ ਵਿਰੋਧੀ ਮੈਂਬਰ ਤਖਤੀਆਂ ਫੜੀ ਸਦਨ ਵਿਚਾਲੇ ਆ ਗਏ ਤੇ ਰੌਲਾ ਰੱਪਾ ਸ਼ੁਰੂ ਕਰ ਦਿੱਤਾ ਜਿਸ ਤੇ ਸਦਨ ਨੂੰ 12 ਵਜੇ ਦਾ ਕੁਟਾਉਣਾ ਪਿਆ। ਦੁਪਹਿਰ 12 ਵਜੇ ਸਦਨ ਦੇ ਮੋੜ ਜੋੜਨ ਤੇ ਵੀ ਵਿਰੋਧੀ ਮੈਂਬਰਾਂ ਨੇ ਕਾਰਵਾਈ ਵਿੱਚ ਵਿਗਨ ਪਾਇਆ ਵੱਖ-ਵੱਖ ਮੁੱਦਿਆਂ ਤੇ ਤਖਤੀਆਂ ਫੜੀਏ ਮੈਂਬਰ ਸਦਨ ਦੇ ਵਿਚਾਲੇ ਆ ਗਏ ਤੇ ਉਹਨਾਂ ਜੰਮ ਕੇ ਨਾਰੇਬਾਜ਼ੀ ਕੀਤੀ ਸਦਨ ਦੀ ਕਾਰਵਾਈ ਚਲਾ ਰਹੇ ਕੀਰਿਤ ਸੋਲੰਕੀ ਨੇ ਵਿਰੋਧੀ ਮੈਂਬਰਾਂ ਨੂੰ ਆਪਣੀਆਂ ਸੀਟਾਂ ਦੇ ਵਾਪਸ ਜਾਣ ਦੀ ਵਾਰ-ਵਾਰ ਅਪੀਲ ਕੀਤੀ ਰੌਲੇ ਰੱਪੇ ਦੌਰਾਨ ਹੀ ਸਦਨ ਵਿੱਚ ਟ੍ਰਿਬਿਊਨਲ ਸੁਧਾਰ ਬਿਲ 2021 ਪੇਸ਼ ਕੀਤਾ ਗਿਆ ਇਸ ਦੌਰਾਨ ਵਿਰੋਧੀ ਮੈਂਬਰਾਂ ਵੱਲੋਂ ਰੌਲਾ ਰੱਪਾ ਜਾਰੀ ਰਹਿਣ ਤੇ ਡਾਕਟਰ ਸੋਲੰਕੀ ਨੇ ਲੋਕ ਸਭਾ ਦੀ ਕਾਰਵਾਈ 2 ਵਜੇ ਤੱਕ ਮੁਲਤਵੀ ਕਰ ਦਿੱਤੀ 2 ਵਜੇ ਸਦਨ ਦੇ ਮੋੜ ਜੋੜਨ ਤੇ ਵੀ ਰੌਲਾ ਰੱਪਾ ਜਾਰੀ ਰਹਿਣ ਤੇ ਕਾਰਵਾਈ ਸਾਢੇ 3 ਵਜੇ ਤੱਕ ਮੁਲਤਵੀ ਕਰਨੀ ਪਈ ਤੇ ਅੰਤ ਸਦਨ ਨੂੰ ਦਿਨ ਭਰ ਲਈ ਉਠਾ ਦਿੱਤਾ ਗਿਆ। ਰਾਜ ਸਭਾ ਵਿੱਚ ਵੀ ਪਹਿਲਾਂ ਵਾਂਗ ਹੀ ਵਿਰੋਧੀ ਮੈਂਬਰਾਂ ਦਾ ਸ਼ੋਰ ਸ਼ਰਾਬਾ ਦੇਖਣ ਨੂੰ ਮਿਲਿਆ। ਰੌਲੇ ਰੱਪੇ ਕਾਰਨ ਲੋਕ ਸਭਾ ਤੇ ਰਾਜ ਸਭਾ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ ਗਿਆ। ਭਾਰਤ ਵਿੱਚ ਬੀਤੇ 24 ਘੰਟਿਆਂ ਦੌਰਾਨ 40134 ਨਵੇਂ ਕਰੋਨਾ ਮਾਮਲੇ ਦਰਜ ਹੋਏ ਜਿਸ ਸਮਗਰੋਂ ਹੁਣ ਤੱਕ ਕਰੋਨਾ ਦੀ ਪੁਸ਼ਟੀ ਵਾਲੇ ਕੋਲ ਮਾਮਲਿਆਂ ਦੀ ਸੰਖਿਆ 3 ਕਰੋੜ 16 ਲੱਖ 95900 58 ਹੋ ਗਈ ਹੈ ਬੀਤੇ ਦਿਨ 422 ਕਰੋਨਾ ਮਰੀਜ਼ਾਂ ਦੀ ਮੌਤ ਹੋਈ ਹੁਣ ਤੱਕ ਇਸ ਮਹਾਮਾਰੀ ਕਾਰਨ 424773 ਜਾਨਾਂ ਜਾ ਚੁੱਕੀਆਂ ਨੇ ਮੌਜੂਦਾ ਸਮੇਂ ਭਾਰਤ ਵਿੱਚ 413718 ਐਕਟਿਵ ਕਰੋਨਾ ਮਾਮਲੇ ਨੇ ਜੋ ਕੁੱਲ ਮਾਮਲਿਆਂ ਦਾ 1.31 ਫੀਸਦੀ ਬਣਦਾ ਹੈ ਬੀਤੇ 24 ਘੰਟਿਆਂ ਦੌਰਾਨ ਦੇਸ਼ ਵਿੱਚ 36946 ਲੋਕ ਕਰੋਨਾ ਤੋਂ ਠੀਕ ਹੋਏ ਹੁਣ ਤੱਕ 3 ਕਰੋੜ 8 ਲੱਖ 57 ਹਜ਼ਾਰ 467 ਕਰੋਨਾ ਮਰੀਜ਼ ਠੀਕ ਹੋ ਚੁੱਕੇ ਨੇ ਕਰੋਨਾ ਤੋਂ ਠੀਕ ਹੋਣ ਦੀ ਦਰ ਇਸ ਸਮੇਂ 97.35% ਦੇ ਜਦ ਕਿ ਮੌਤ ਦਰ 1.34% ਦਰਜ ਹੋਈ ਹੈ ਦੇਸ਼ ਵਿਆਪੀ ਕੋਵਿਡ ਟਿਕਾకరణ ਮਹਿੰਮ ਤਹਿਤ ਹੁਣ ਤੱਕ 47 ਕਰੋੜ 22 ਲੱਖ 23 ਹਜ਼ਾਰ 639 ਲੋਕਾਂ ਦੇ ਟੀਕੇ ਲਗਾਏ ਗਏ ਬੀਤੇ ਦਿਨ ਦੇਸ਼ ਵਿੱਚ 17 ਲੱਖ 6598 ਕਰੋਨਾ ਟੀਕਿਆਂ ਦੀਆਂ ਖੁਰਾਕਾਂ ਦਿੱਤੀਆਂ ਗਈਆਂ ਪੰਜਾਬ ਵਿੱਚ ਅੱਜ ਲੰਬੇ ਸਮੇਂ ਤੋਂ ਬਾਅਦ ਸਾਰੀਆਂ ਜਮਾਤਾਂ ਲਈ ਸਰਕਾਰੀ ਤੇ ਪ੍ਰਾਈਵੇਟ ਸਕੂਲ ਮੁੜ ਖੋਲੇ ਗਏ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਮੌਜੂਦਾ ਕੋਵਿਡ ਸਥਿਤੀ ਦੇ ਮੱਦੇਨਜ਼ਰ ਸਕੂਲ ਖੋਲਣ ਦੀ ਆਗਿਆ ਦਿੱਤੇ ਜਾਣ ਮਗਰੋਂ ਸਿੱਖਿਆ ਵਿਭਾਗ ਨੇ ਸਕੂਲ ਖੋਲਣ ਦੇ ਹੁਕਮ ਜਾਰੀ ਕੀਤੇ ਅੱਜ ਤੋਂ ਪ੍ਰੀ ਪ੍ਰਾਇਮਰੀ ਤੋਂ ਲੈ ਕੇ ਸੀਨੀਅਰ ਸੈਕੰਡਰੀ ਪੱਧਰ ਤੱਕ ਦੀਆਂ ਸਾਰੀਆਂ ਜਮਾਤਾਂ ਲਈ ਸਕੂਲ ਖੋਲੇ ਗਏ ਸਿੱਖਿਆ ਵਿਭਾਗ ਨੇ ਬੱਚਿਆਂ ਨੂੰ ਸਕੂਲ ਭੇਜਣ ਤੋਂ ਪਹਿਲਾਂ ਮਾਪਿਆਂ ਤੋਂ ਲਿਖਤੀ ਰੂਪ ਵਿੱਚ ਸਹਿਮਤੀ ਪ੍ਰਾਪਤ ਕਰਨ ਦੇ ਨਿਰਦੇਸ਼ ਜਾਰੀ ਕੀਤੇ ਸਨ ਸਕੂਲਾਂ ਨੂੰ ਬਕਾਇਦਾ ਖੋਲਣ ਤੋਂ ਪਹਿਲਾਂ ਸਾਫ ਸਫਾਈ ਅਤੇ ਕਲਾਸਰੂਮਾਂ ਨੂੰ ਕੀਟਾਣੂ ਮੁਕਤ ਕਰਨ ਦਾ ਕੰਮ ਕੀਤਾ ਗਿਆ। ਸਕੂਲ ਅਥਾਰਟੀਆਂ ਨੂੰ ਉਚਿਤ ਕੋਵਿਡ ਵਿਹਾਰ ਅਤੇ ਕੋਵਿਡ ਪ੍ਰੋਟੋਕੋਲ ਨੂੰ ਸਖਤੀ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਲਈ ਕਿਹਾ ਗਿਆ ਸੀ ਅਤੇ ਬੱਚੇ ਮਾਸਕ ਪਾ ਕੇ ਆਪਣੇ ਹੱਥ ਸੈਨੀਟਾਈਜ਼ ਕਰਨ ਮਗਰੋਂ ਹੀ ਸਕੂਲ ਅੰਦਰ ਦਾਖਲ ਹੋਏ। ਕਲਾਸਰੂਮ ਵਿੱਚ ਵੀ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕੀਤੀ ਗਈ। ਜਲੰਧਰ ਦੇ ਵੱਖ-ਵੱਖ ਸਕੂਲਾਂ ਵਿੱਚ ਵੀ ਅੱਜ ਬੱਚੇ ਲੰਬੇ ਸਮੇਂ ਤੋਂ ਬਾਅਦ ਸਕੂਲ ਪਹੁੰਚਣ ਤੇ ਬਹੁਤ ਉਤਸ਼ਾਹਤ ਅਤੇ ਖੁਸ਼ ਨਜ਼ਰ ਆਏ ਪਰ ਸ਼ਹਿਰ ਦੇ ਵੱਖ-ਵੱਖ ਸਕੂਲਾਂ ਵਿੱਚ ਹਾਜ਼ਰੀ ਘਟ ਰਹੀ। ਪ੍ਰਸਾਰ ਭਾਰਤੀ ਨਾਲ ਗੱਲਬਾਤ ਕਰਦੇ ਹਾਂ ਵਿਦਿਆਰਥੀਆਂ ਨੇ ਕਿਹਾ ਕਿ ਆਨਲਾਈਨ ਪੜ੍ਹਾਈ ਕਰਨਾ ਉਹਨਾਂ ਲਈ ਕਾਫੀ ਮੁਸ਼ਕਲ ਸੀ ਪਰ ਹੁਣ ਸਕੂਲ ਵਿੱਚ ਹਾਜ਼ਰ ਹੋ ਕੇ ਅਧਿਆਪਕਾਂ ਪਾਸੋਂ ਸਹੀ ਢੰਗ ਨਾਲ ਪੜ੍ਹਾਈ ਕਰ ਸਕਣਗੇ। ਬਹੁਤ ਵਧੀਆ ਫੀਲਿੰਗਸ ਹੈ। ਮੇਰਾ ਮੇਰਾ ਨਾਮ ਪ੍ਰਿਆ ਮੈਂ 8ਵੀਂ ਜਮਾਤ ਦੀ ਵਿਦਿਆਰਥਣ ਆ ਮੇਰੇ ਸਕੂਲ ਦਾ ਨਾਮ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਆਦਰਸ਼ ਨਗਰ ਆ ਅੱਜ ਅਸੀਂ 1.5 ਸਾਲ ਬਾਅਦ ਸਕੂਲ ਆਏ ਆ ਜਿਹੜਾ ਸਾਨੂੰ ਆਨਲਾਈਨ ਕਲਾਸ ਵਿੱਚ ਪੜ੍ਹਨ ਦਾ ਮਜ਼ਾ ਨਹੀਂ ਆਉਂਦਾ ਸੀ ਉਹ ਸਾਨੂੰ ਆਫਲਾਈਨ 'ਚ ਮਜ਼ਾ ਆ ਰਿਹਾ ਬਹੁਤ ਵਧੀਆ ਫੀਲਿੰਗਸ ਐ ਸਤਕਾ ਹਾਜ਼ਰੀ ਦਰਜ ਹੋਈ ਆਦਰਸ਼ ਨਗਰ ਦੇ ਸਰਕਾਰੀ ਸਕੂਲ ਦੀ ਅਧਿਆਪਕਾ ਮਨਦੀਪ ਕੌਰ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਬੱਚਿਆਂ ਦੀ ਹਾਜ਼ਰੀ ਵਿੱਚ ਸੁਧਾਰ ਹੋਣ ਦੀ ਉਮੀਦ ਐ ਦਿਨਾਂ ਤੋਂ ਬਾਅਦ ਜਦੋਂ ਬੱਚੇ ਸਕੂਲ ਵਿੱਚ ਆਏ ਤੇ ਬਹੁਤ ਉਤਸ਼ਾਹਿਤ ਸਨ ਔਰ ਬਹੁਤ ਖੁਸ਼ ਸੀ ਕਿ ਅੱਜ ਆਪਾਂ ਸਕੂਲ ਜਾ ਰਹੇ ਹਾਂ ਔਰ ਉਸ ਤੋਂ ਵੀ ਜ਼ਿਆਦਾ ਉਤਸ਼ਾਹ ਸਾਨੂੰ ਟੀਚਰਜ਼ ਨੂੰ ਸੀ ਆਪਣੇ ਬੱਚਿਆਂ ਨੂੰ ਦੇਖ ਕੇ ਔਰ ਵੈਸੇ ਤੇ ਔਨਲਾਈਨ ਸਟੱਡੀ ਹੋ ਰਹੀ ਸੀ ਇਹਨਾਂ ਦੀ ਬੱਚਿਆਂ ਦੀ ਔਰ ਸਰਕਾਰ ਵੱਲੋਂ ਹਰ ਸਮੇਂ ਸਮੇਂ ਤੇ ਸਾਨੂੰ ਬਹੁਤ ਵਧੀਆ ਮਟੀਰੀਅਲ ਦਿੱਤਾ ਗਿਆ ਇਹਨਾਂ ਨੂੰ ਕਰਵਾਉਣ ਲਈ ਪਰ ਫਿਰ ਵੀ ਕੁਝ ਕਮੀਆਂ ਜਿਹੜੀਆਂ ਔਨਲਾਈਨ ਬੱਚਿਆਂ ਨੂੰ ਆ ਰਹੀਆਂ ਸੀ ਉਹਨਾਂ ਆਫਲਾਈਨ ਆ ਕੇ ਬੱਚੇ ਬਹੁਤ ਵਧੀਆ ਤਰੀਕੇ ਨਾਲ ਸਾਡੇ ਕੋਲ ਪੜ ਰਹੇ ਹਨ ਆਪਣੇ ਮਸ਼ਹੂਰ ਬਾਲੀਵੁੱਡ ਗਾਇਕ ਮੁਹੰਮਦ ਰਫੀਦੀ 41ਵੀਂ ਵਰ੍ਹੇ ਨੂੰ ਸਮਰਪਿਤ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਵਿਖੇ ਬੀਤੀ ਸ਼ਾਮ ਮੁਹੰਮਦ ਰਫੀ ਕਲਚਰਲ ਐਂਡ ਚੈਰੀਟੇਬਲ ਸੁਸਾਇਟੀ ਹੁਸ਼ਿਆਰਪੁਰ ਵੱਲੋਂ ਸੰਗੀਤਕ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਸਮਾਗਮ ਵਿਸ਼ੇਸ਼ ਤੌਰ ਤੇ ਫਿਲਮੀ ਦੁਨੀਆ ਦੇ ਮਹਾਨ ਅਦਾਕਾਰ ਦਲੀਪ ਕੁਮਾਰ ਨੂੰ ਸਮਰਪਿਤ ਸੀ। ਸਮਾਗਮ ਦੀ ਪ੍ਰਧਾਨਗੀ ਉੱਗੇ ਸਮਾਜ ਸੇਵੀ ਰਵਿੰਦਰ ਸ਼ਰਮਾ ਤੇ ਗੁਰਬਖਸ਼ ਸਿੰਘ ਨੇ ਕੀਤੀ। ਸ਼ਮਾ ਰੌਸ਼ਨ ਕਰਨ ਮਗਰੋਂ ਮੁਹੰਮਦ ਰਫੀ ਤੇ ਦਲੀਪ ਕੁਮਾਰ ਦੀ ਤਸਵੀਰ ਤੇ ਫੁੱਲ ਭੇਟ ਕਰਕੇ ਉਹਨਾਂ ਨੂੰ ਸ਼ਰਧਾਂਜਲੀ ਦਿੱਤੀਆਂ ਗਈਆਂ। ਅੱਜ ਦੇ ਸਮਾਗਮ ਵਿੱਚ ਕਲਾਕਾਰਾਂ ਵੱਲੋਂ ਦਿਲ ਖਿੱਚਮੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ ਜਿਸ ਦਾ ਲੋਕਾਂ ਨੇ ਭਰਪੂਰ ਆਨੰਦ ਮਾਣਿਆ ਇਸ ਸਮਾਗਮ ਵਿੱਚ ਉਰਦੂ ਦੇ ਨਾਮਵਰ ਸ਼ਾਇਰ ਕਸ਼ਿਸ਼ ਹੁਸ਼ਿਆਰਪੁਰੀ ਨੇ ਵੀ ਸ਼ਿਰਕਤ ਕੀਤੀ ਟੋਕੀਓ 올림픽ਸ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਇਤਿਹਾਸ ਰਚਦੇ ਅੱਜ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ ਕੁਆਰਟਰਫਾਈਨਲ ਮੈਚ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਆਸਟ੍ਰੇਲੀਆ ਨੂੰ 1-0 ਨਾਲ ਹਰਾਇਆ ਮੈਚ ਦੇ ਪਹਿਲੇ ਕੁਆਰਟਰ ਵਿੱਚ ਦੋਹਾਂ ਟੀਮਾਂ ਵਿਚਾਲੇ ਸਖਤ ਮੁਕਾਬਲਾ ਵੇਖਿਆ ਗਿਆ ਤੇ ਕੋਈ ਵੀ ਟੀਮ ਗੋਲ ਨਹੀਂ ਕਰ ਸਕੀ ਖੇਡ ਦੇ ਦੂਜੇ ਕੁਆਰਟਰ ਵਿੱਚ ਵੀ ਦੋਵੇਂ ਟੀਮਾਂ ਸਿਰ ਤੋੜ ਯਤਨ ਕਰਦੀਆਂ ਰਹੀਆਂ ਪਰ ਖੇਡ ਬਰਾਬਰੀ ਤੇ ਚਲਦੀ ਰਹੀ। ਫਿਰ ਭਾਰਤ ਵੱਲੋਂ ਗੁਰਜੀਤਕੌਰ ਨੇ ਇੱਕ ਗੋਲ ਦਾਗਿਆ ਤੇ ਪੂਰੀ ਮਹਿਲਾ ਟੀਮ ਨੇ ਬਿਹਤਰੀਨ ਪ੍ਰਦਰਸ਼ਨ ਕਰਦੇ ਆਸਟ੍ਰੇਲੀਆ ਖਿਲਾਫ ਇਹ ਮੈਚ ਜਿੱਤ ਲਿਆ। ਹੁਣ ਭਾਰਤੀ ਮਹਿਲਾ ਹਾਕੀ ਟੀਮ ਦਾ ਸੈਮੀਫਾਈਨਲ ਮੁਕਾਬਲਾ ਆਉਣ ਦੇ ਬੁੱਧਵਾਰ ਅਰਜنٹੀਨਾ ਨਾਲ ਹੋਵੇਗਾ। ਇਸ ਤੋਂ ਪਹਿਲਾਂ ਬੀਤੇ ਦਿਨ ਭਾਰਤ ਦੀ ਪੁਰਸ਼ ਹਾਕੀ ਟੀਮ ਨੇ ਗ੍ਰੇਟ ਬ੍ਰਿਟੇਨ ਨੂੰ ਇੱਕ ਦੇ ਮੁਕਾਬਲੇ 3 ਗੋਲਾਂ ਨਾਲ ਹਰਾ ਕੇ ਸੈਮੀਫਾਈਨਲ ਵਿੱਚ ਪ੍ਰਵੇਸ਼ ਕੀਤਾ। ਪੁਰਸ਼ਾਂ ਦੀ ਹਾਕੀ ਦਾ ਇਹ ਸੈਮੀਫਾਈਨਲ ਮੁਕਾਬਲਾ ਭਲਕੇ ਭਾਰਤ ਅਤੇ ਬੈਲਜੀਅ ਭਾਰਤੀ ਮਹਿਲਾ ਹਾਕੀ ਟੀਮ ਦੀ ਕੁਆਰਟਰ ਫਾਈਨਲ ਵਿੱਚ ਜਿੱਤ ਦੀਆਂ ਪੂਰੇ ਦੇਸ਼ ਵਿੱਚ ਖੁਸ਼ੀਆਂ ਮਨਾਈਆਂ ਜਾ ਰਹੀਆਂ ਨੇ ਇਸ ਮੈਚ ਵਿੱਚ ਇੱਕ ਮਾਤਰ ਗੋਲ ਕਰਨ ਵਾਲੀ ਪੰਜਾਬ ਦੇ ਅਜਨਾਲਾ ਜ਼ਿਲ੍ਹੇ ਦੇ ਪਿੰਡ ਮਿਆਦਿਆਂ ਦੀ ਵਸਨੀਕ ਗੁਰਜੀਤ ਕੌਰ ਦੀ ਹਰ ਪਾਸੇ ਚਰਚਾ ਹੋ ਰਹੀ ਹੈ ਗੁਰਜੀਤ ਕੌਰ ਦੇ ਇਸ ਗੋਲ ਨਾਲ ਹੀ 40 ਸਾਲਾਂ ਤੋਂ ਬਾਅਦ ਸਮੇਂ ਤੋਂ ਹਾਕੀ ਵਿੱਚ ਮੈਡਲ ਦਾ ਸੋਕਾ ਖਤਮ ਹੋਣ ਦੀ ਉਮੀਦ ਜਾਗੀ ਹੈ ਗੁਰਜੀਤ ਕੌਰ ਦੇ ਮਿਆਦਿਆਂ ਪਿੰਡ ਵਿੱਚ ਵੱਖਰਾ ਹੀ ਨਜ਼ਾਰਾ ਵੇਖਣ ਨੂੰ ਮਿਲਿਆ ਇਸ ਹਾਕੀ ਖਿਡਾਰੀ ਦੇ ਘਰ ਜਸ਼ਨ ਵਾਲਾ ਮਾਹੌਲ ਸੀ ਗੁਰਜੀਤਕੌਰ ਦੇ ਮਾਪਿਆਂ ਰਿਸ਼ਤੇਦਾਰਾਂ ਪਿੰਡ ਵਾਸੀਆਂ ਤੇ ਕੋਚ ਨੇ ਮਠਾਈਆਂ ਵੰਡ ਕੇ ਖੁਸ਼ੀ ਮਨਾਈ ਗੁਰਜੀਤਕੌਰ ਦੀ ਮਾਤਾ ਹਰਜਿੰਦਰ ਕੌਰ ਨੇ ਕਿਹਾ ਕਿ ਉਹਨਾਂ ਨੂੰ ਪੂਰੀ ਆਸ ਏ ਕਿ ਭਾਰਤੀ ਮਹਿਲਾ ਹਾਕੀ ਟੀਮ ਸੋਨੇ ਦਾ ਤਮਗਾ ਜਿੱਤ ਕੇ ਲਿਆਵੇਗੀ। ਇੰਕਾ ਖਾਸਾ ਬੈਠੀ ਸੀ ਫੋਟੋ ਸੰਤਨ ਗੁਰੂ ਰਾਮਦਾਸ ਜੀ ਤੁਹਾਡੀ ਹੀ ਹਮੇਤ ਚਾਹੀਦੀ ਹੈ ਗੁਰਜੀਤਕੌਰ ਦੀ ਮਾਨੂੰ ਬਹੁਤ ਬਹੁਤ ਖੁਸ਼ੀ ਹੈ ਬਹੁਤ ਹੀ ਇਮਾਨ ਹੋ ਰਿਹਾ ਹੈ ਗਰਜੀਤ ਕੌਰ ਨੇ ਇਥੋਂ ਤੱਕ ਲਈ ਹੀ ਪਹੁੰਚਾਇਆ ਸਾਨੂੰ ਖੁਸ਼ੀਆਂ ਦੇ ਵਿੱਚ ਇਸ ਟਾਈਮ ਤੇ ਸਾਨੂੰ ਪਹੁੰਚਾਇਆ ਬਹੁਤ ਹੀ ਮਿਹਨਤ ਕੀਤੀ ਹੈ ਗਰਜੀਤ ਕੌਰ ਨੇ ਮਿਹਨਤ ਕਰਾਉਣ ਵਾਲੇ ਭੈਣ ਭਰਾ ਹੀ ਬਹੁਤ ਜਿਆਦੇ ਹੀ ਉਹਨਾਂ ਨੇ ਹੀ ਕਰਾਈ ਹੈ ਗੁਰਜੀਤਕੌਰ ਦੇ ਚਾਚਾ ਬਲਜਿੰਦਰ ਸਿੰਘ ਨੇ ਕਿਹਾ ਕਿ ਗੁਰਜੀਤਕੌਰ ਭਾਰਤੀ ਮਹਿਲਾ ਹਾਕੀ ਟੀਮ ਵਿੱਚ ਪੰਜਾਬ ਦੀ ਇਕਲੌਤੀ ਖਿਡਾਰੀ ਨੇ ਜਿਸ ਨੇ ਪੰਜਾਬ ਦਾ ਹੀ ਨਹੀਂ ਸਗੋਂ ਦੇਸ਼ ਦਾ ਨਾਮ ਰੌਸ਼ਨ ਕੀਤਾ ਹੈ ਉਹਨਾਂ ਕਿਹਾ ਕਿ ਅੱਜ ਮਿਆਦਿਆਂ ਪਿੰਡ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਅੱਜ ਸਾਡਾ ਸਿਰ ਬੜਾ ਮਾਣ ਨਾਲ ਉੱਚਾ ਹੋਇਆ ਸਾਡੀ ਬੇਟੀ ਗੁਰਜੀਤਕੌਰ ਉਹਨੇ ਜਿਹੜਾ ਅੱਜ ਇੱਕ ਕਵਾਟਰਫਾਈਨਲ ਨੂੰ ਜਿੱਤ ਕੇ ਇੱਕ ਗੋਲ ਕਰਕੇ ਪਲੈਂਟੀ ਕਾਰਨਰ ਦੇ ਨਾਲ ਤੇ ਜਿਹੜੀ ਆਪਣੀ ਭਾਰਤ ਦੀ ਟੀਮ ਆ ਇਹਨੂੰ 올림픽 ਦੇ ਵਿੱਚ ਜਿਹੜਾ ਟੋਕੀਓ ਜਪਾਨ ਦੇ ਵਿੱਚ 올림픽 ਗੇਮਾਂ ਹੋ ਰਹੀਆਂ ਨੇ ਉਹਨਾਂ ਦੇ ਵਿੱਚ ਸੈਮੀਫਾਈਨਲ ਦੇ ਵਿੱਚ ਜਿਹੜਾ ਉਹ ਟੀਮ ਨੂੰ ਪਹਚਾਇਆ ਇਸ ਵਾਸਤੇ ਸਾਡਾ ਅੱਜ ਸਿਰ ਬੜਾ ਮਾਣਨਾ ਉੱਚਾ ਹੋ ਰਿਹਾ ਔਰ ਸਭ ਤੋਂ ਵੱਡੀ ਜਿਹੜੀ ਗੱਲ ਆ ਸਾਨੂੰ ਖੁਸ਼ੀ ਦੀ ਇਹ ਗੱਲ ਆ ਵੀ ਸਾਡੀ ਇਸ ਬਾਉਂਡਰ ਬੈਲਟ ਦੇ ਵਿੱਚ ਕੋਈ ਵੀ ਸਟੇਡੀਅਮ ਨਾ ਹੋਣ ਦੇ ਬਾਵਜੂਦ ਪਿੰਡਾਂ ਦੀਆਂ ਸਕੂਲਾਂ ਦੀਆਂ ਗਰਾਊਂਡਾਂ ਦੇ ਵਿੱਚ ਖੇਡ ਕੇ ਤੇ ਸਾਡੀ ਬੱਚੀ ਨੇ ਜਿਹੜਾ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਪੰਜਾਬ ਦਾ ਤੇ ਕਰਨਾ ਹੀ ਕਰਨਾ ਪੂਰੇ ਭਾਰਤ ਦਾ ਨਾਮ ਉੱਚਾ ਕੀਤਾ ਉਹਦੇ ਨਾਲ ਉਹਦੇ ਵਾਸਤੇ ਸਾਡਾ ਸਿਰ ਬੜਾ ਮਾਣ ਨਾਲ ਉੱਚਾ ਆਇਆ ਜਿੱਥੇ ਮਾਂ ਪਿਓ ਦਾ ਸਿਰ ਉੱਚਾ ਹੋਇਆ ਮਾਨ ਦੇ ਨਾਲ ਸਾਡੇ ਪਿੰਡ ਦਾ ਸਿਰ ਉੱਚਾ ਆਇਆ ਜ਼ਿਲ੍ਹੇ ਦਾ ਉੱਚਾ ਆਇਆ ਪੰਜਾਬ ਦਾ ਨਾਮ ਉੱਚਾ ਆਇਆ ਉੱਥੇ ਸਾਨੂੰ ਪੂਰੇ ਏਰੀਆ ਦੇ ਵਿੱਚ ਸਾਨੂੰ ਇਹ ਬੜੀ ਖੁਸ਼ੀ ਆ ਕਿ ਪੂਰੇ ਭਾਰਤ ਦਾ ਜਿਹੜਾ ਉਹ ਨਾਮ ਚ ਆਇਆ ਔਰ ਸਾਨੂੰ ਉਮੀਦ ਖਬਰਾਂ ਦੇ ਬਲਟਨ ਸਾਡੇ ਦਰਸ਼ਕ ਆਰਿਆਨ ਯੂ ਡੀ ਡੀ ਕੇ ਜਲੰਧਰ ਦੇ YouTube ਚੈਨਲ Facebook ਅਤੇ Twitter handle page ਤੇ ਵੀ ਦੇਖ ਸਕਦੇ ਨੇ ਇਸ ਦੇ ਨਾਲ ਹੀ ਸਾਡਾ ਖਬਰਾਂ ਦਾ ਬਲਟਨ ਸਮਾਪਤ ਹੁੰਦਾ ਹੈ ਇਜਾਜ਼ਤ ਦਿਓ ਨਮਸਕਾਰ